ਦੀ ਪੰਜਾਬ ਰਣਾ ਹਿਮਾਚਲ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਗੌਰਵ ਸ਼ੁਕਲਾ ਹਾਜ਼ਰ ਹਾਂ ਮੁੱਦੇ ਕੀ ਬਾਤ ਲੈ ਕੇ ਸੂਬੇ ਦੇ ਵਿੱਚ ਚੋਣ ਰੌਲਾ ਪੂਰੇ ਸ਼ਬਾਬਤੀ ਹੈ ਰੈਲੀਆਂ ਤੋਂ ਲੈ ਕੇ ਛੋਟੇ-ਛੋਟੇ ਪ੍ਰੋਗਰਾਮਾਂ ਦੇ ਜ਼ਰੀਏ ਜਿੱਥੇ ਤੁਹਾਡੇ ਤੱਕ ਪਹੁੰਚ ਕਰਨ ਦੀ ਸਿਆਸਤਦਾਨਾਂ ਵੱਲੋਂ ਕੋਸ਼ਿਸ਼ ਹੋ ਰਹੀ ਆ ਉੱਥੇ ਹੀ ਦਾਅਵਿਆਂ ਦੇ ਵਿਚਾਰੇ ਵਾਅਦੇ ਵੀ ਖੂਬ ਕੀਤੇ ਜਾ ਰਹੇ ਨੇ ਇਲਜ਼ਾਮ ਦਰਾਸ਼ੀਆਂ ਦਾ ਦੌਰ ਵੀ ਜਾਰੀ ਹੈ ਤੇ ਇਸ ਵਿਚਾਲੇ ਕਿਤੇ ਕਿਤੇ ਮੁੱਦਿਆਂ ਦੀ ਵੀ ਗੱਲ ਹੁੰਦੀ ਨਜ਼ਰ ਆ ਰਹੀ ਹੈ ਤੇ ਬਹੁਤ ਸਾਰੇ ਮੁੱਦਿਆਂ ਚੋਂ ਇੱਕ ਮੁੱਦਾ ਕਿਸਾਨੀ ਦਾ ਵੀ ਹੈ ਤੇ ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਦਾ ਦਾਅਵਾ ਕਰਨ ਵਾਲਾ ਇੱਕ ਮੈਨੀਫੈਸਟੋ ਆਮ ਆਦਮੀ ਪਾਰਟੀ ਵੱਲੋਂ ਜਾਰੀ ਵੀ ਕੀਤਾ ਗਿਆ ਦਾਵਿਆਂ ਤੇ ਵਾਅਦਿਆਂ ਦੀ ਲੰਬੀ ਲਿਸਟ ਉਸ ਦੇ ਵਿੱਚ ਹੈ ਪਰ ਅੱਜ ਅਸੀਂ ਚਰਚਾ ਮੈਨੀਫੈਸਟੋ ਤੋਂ ਜ਼ਿਆਦਾ ਸਿਆਸੀ ਪਾਰਟੀ ਦੀਆਂ ਕਿਸਾਨਾਂ ਪ੍ਰਤੀ ਗੰਭੀਰਤਾ ਦੀ ਕਰਾਂਗੇ ਕਿ ਮੈਨੀਫੈਸਟੋ ਦੇ ਪੇਜਾਂ ਤੋਂ ਬਾਹਰ ਵੀ ਕੋਈ ਪਲਾਨ ਹੈ ਜਾਂ ਫਿਰ ਬਸ ਹਰ ਪਲਾਨ ਮੈਨੀਫੈਸਟੋ 'ਚ ਵਾਅਦੇ ਕਰਨ ਤੇ ਰੰਗੀਨ ਪੇਜਾਂ ਨੂੰ ਸਜਾਉਣ ਤੇ ਹੀ ਬਣਾਏ ਜਾਂਦੇ ਨੇ ਤਾਂ ਸਵਾਲ ਕਿ ਕੋਈ ਮੈਨੀਫੈਸਟੋ ਕਿਸਾਨਾਂ ਦੇ ਜ਼ਖਮਾਂ ਤੇ ਮਰਮ ਲਗਾ ਸਕੇਗਾ ਤੇ ਕੀ ਕਿਸਾਨ ਸਿਰਫ ਮੁਆਵਜ਼ੇ ਅਤੇ ਕਰਜ਼ਾ ਮਾਫੀ ਦੀ ਦਰਕਾਰ ਰੱਖਦੇ ਨੇ ਮੁੱਦੇ ਕੀ ਬਾਅਦ ਦੇ ਵਿੱਚ ਅੱਜ ਚਰਚਾ ਪੰਜਾਬ ਚ ਕਿਸਾਨਾਂ ਤੇ ਹੁੰਦੀ ਸਿਆਸਤ ਤੇ 24 ਰੁਪਏ ਆਮਨੇ ਵਿਆਜ ਦੇ ਲਿਆ ਥੋੜਾ ਕਰਜ਼ਾ ਖਤਮ ਮਾਰ ਕਰਜ਼ਾ ਦੇਣ ਦੀ ਜ਼ਰੂਰਤ ਨਹੀਂ ਹੈ ਕੇਜਰੀਵਾਲ ਜੇ दे कि या कोई लगी है। यूथ मैनिफेस्टो पिछों हुए विवाद तो बाद आम आदमी पार्टी ने किसान मैनिफेस्टो जारी करने दौरान जरा खास चौकसी वरती है ते किसान वोट बैंक न हथियो लाद्या दी झड़ी भी ला दी कर्जा मुक्त किसान फसल खराबे का मुआवजा बी हजार किसान लिये मुफ्त बिजली जारी रहने बारह घंटे बिजली दो हजार बीस तक स्वामीनाथन रिपोर्ट लागू करने बाद अहम है मान लो आपने सौ रुपए कर्जा ले रखा है और उसके ऊपर सौ रुपए आपने ब्याज दे दिया तो आपका कर्जा खत्म और कर्जा देने की जरूरत नहीं है सारा कर्जा खत्म आपको कर्जे से मुक्त घोषित कर दिया जाएगा दिसंबर 2020 तक ਹਨ ਸੁਆਮੀ ਨਾ ਚੰਡ ਰਿਪੋਰਟ ਪੰਜਾਬ ਦੇ ਅੰਦਰ ਲਾਗੂ ਕਰ ਦਿੰਗੇ ਉਧਰ ਵਿਰੋਧੀ ਤੇ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਤੇ ਸਵਾਲ ਚੁੱਕ ਰਹੀ ਹੈ ਕਿ ਅੰਦਰ ਕਾਸੀ ਸਾਰਾ ਕਰਜ਼ਾ ਮਾਫ ਕਰਾਂਗੇ ਤੁਸੀਂ ਕੀ ਕਹਿੰਦੇ ਹੋ ਪਹਿਲੀ ਗੱਲ ਕੇਜਰੀਵਾਲ ਜੇ ਖੇਤ ਚਾਕੇ ਪਉ ਦੱਸ ਦੇ ਕਿ ਝੋਨਾ ਲੱਗਿਆ ਹੈ ਹੈ ਤੇ ਜਾਂ ਕੋਈ ਹੋਰ ਫਸਲ ਲੱਗੀ ਹੈ ਫਿਰ ਤਾਂ ਜਾਰੀ ਕਰੇ ਉਹਨੂੰ ਆ ਹੀ ਨਹੀਂ ਪਤਾ ਕਿ ਲੱਗਿਆ ਕੀ ਬਦਲ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਚ ਵਾਅਦਿਆਂ ਦੀ ਲੰਮੀ ਚੂੜੀ ਫੇਰ ਰਸਤਾ ਤੇ ਪੰਜਾਬ ਦੇ ਇਸ ਵੱਡੇ ਵੋਟ ਬੈਂਕ ਨੂੰ ਖੁਸ਼ ਕਰਨ ਚ ਕੋਈ ਕੋਰ ਕਸਰ ਬਾਕੀ ਨਹੀਂ ਛੱਡੇਗੀ ਫਿਰੋਜ਼ਪੁਰ ਤੋਂ ਸੁਨੀਲ ਲਖਪਾਲ ਦੇ ਨਾਲ న్యూਸ ਡੈਸਕ ਰਿਪੋਰਟ ਜੀ ਮੀਡੀਆ ਜੇ ਮੁੱਦੇ ਕੀ ਬਾਅਦ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿਸਾਨਾਂ ਤੇ ਹੁੰਦੀ ਸੂਬੇ ਦੇ ਵਿੱਚ ਸਿਆਸਤ ਤੇ ਹਰ ਸਿਆਸੀ ਪਾਰਟੀ ਜਾਣਦੀ ਹੈ ਕਿ ਕਿਸਾਨ ਇੱਕ ਵੱਡਾ ਵੋਟ ਬੈਂਕ ਨੇ ਤੇ ਇਸ ਲਈ ਕਿਸਾਨਾਂ ਨੂੰ ਰਿਜਾਉਣ ਦੀ ਆਪਣੇ ਵੱਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਮੈਨੀਫੈਸਟੋ ਆਮ ਤੌਰ ਤੇ ਇੱਕ ਹੀ ਤਿਆਰ ਕੀਤਾ ਜਾਂਦਾ ਸੀ ਪਰ ਇਸ ਵਾਰੀ ਵੱਖਰੇ ਵੱਖਰੇ ਮੈਨੀਫੈਸਟੋ ਵੀ ਪਾਰਟੀਆਂ ਵੱਲੋਂ ਬਣਾਏ ਜਾ ਰਹੇ ਨੇ ਤੇ ਇਸੇ ਮੁੱਦੇ ਤੇ ਅਸੀਂ ਚਰਚਾ ਕਰਾਂਗੇ ਕਿਸਾਨੀ ਦਾ ਮੁੱਦਾ ਕਿੰਨੀ ਕਿਉਂ ਸਿਆਸਤ ਹੋਈ ਹੈ ਕਿੰਨੀ ਕਿਉਂ ਵੋਟ ਬੈਂਕ ਦੇ ਤੌਰ ਤੇ ਸਿਆਸੀ ਪਾਰਟੀਆਂ ਦੇਖ ਰਹੀਆਂ ਨੇ ਇਸ ਤੇ ਚਰਚਾ ਕਰਾਂਗੇ ਕੁਝ ਸਵਾਲਾਂ ਤੇ ਨਜ਼ਰ ਜਿਨ੍ਹਾਂ ਤੇ ਕੇਂਦ੍ਰਿਤ ਸਾਡੀ ਅੱਜ ਦੀ ਇਹ ਚਰਚਾ ਰਹੇ ਮੈਨੀਫੈਸਟੋ ਕਿਸਾਨਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਇਸ ਸਵਾਲ ਇਸ ਲਈ ਕਿਉਂਕਿ ਹਰ ਸਿਆਸੀ ਪਾਰਟੀ ਦੇ ਵੱਲੋਂ ਕਿਸਾਨਾਂ ਦੇ ਲਈ ਵਾਅਦੇ ਦਾਅਵੇ ਬਹੁਤ ਸਾਰੇ ਕਿਤੇ ਜਾ ਰਹੇ ਨੇ ਤੇ ਕਿਤੇ ਜਾਣਗੇ ਤਾਂ ਵਾਕੀਆ ਕੀ ਖਰਾ ਉਤਰੇਗਾ ਕਿਸਾਨਾਂ ਦੇ ਪ੍ਰਤੀ ਤੇ ਨਾਲ ਹੀ ਸਵਾਲ ਇਹ ਵੀ ਕਿ ਕਿਸਾਨਾਂ ਨੂੰ ਮੁਆਵਜ਼ੇ ਅਤੇ ਕਰਜ਼ਾ ਮੁਆਫੀ ਦੇ ਦਾਇਰੇ ਤੋਂ ਬਾਹਰ ਕੱਢਣ ਦੇ ਲਈ ਸਾਰਥਕ ਕਦਮ ਚੁੱਕੇ ਜਾਣਗੇ ਇੱਥੇ ਇਹ ਪੁਆਇੰਟ ਬਹੁਤ ਧਿਆਨ ਦੇਣ ਵਾਲਾ ਹੈ ਕਿ ਕੀ ਸਿਰਫ ਕਿਸਾਨ ਆਪਣੇ ਘਰ ਬੈਠ ਕੇ ਇਹੀ ਸੋਚਦੇ ਹਨ ਕੀ ਉਸਨੂੰ ਕਰਜ਼ ਮਾਫੀ ਦਿੱਤੀ ਜਾਵੇ ਜਾਂ ਫਿਰ ਉਸਨੂੰ ਮੁਆਵਜ਼ਾ ਚੰਗਾ ਦਿੱਤਾ ਜਾਵੇ ਜਾਂ ਉਹ ਇਹ ਸੋਚ ਰਿਹਾ ਹੈ ਕਿ ਮੇਰੀ ਫਸਲ ਦਾ ਇਹ ਮੈਨੂੰ ਸਹੀ ਮੁੱਲ ਦਿੱਤਾ ਜਾਵੇ ਤੇ ਇਸ ਦੇ ਨਾਲ ਹੀ ਅਸੀਂ ਅੱਜ ਚਰਚਾ ਕਰਾਂਗੇ ਕਿ ਕਿਸਾਨਾਂ ਦੇ ਲਈ ਵੱਡੇ ਵੱਡੇ ਵਾਅਦੇ ਕਰਨ ਵਾਲੀਆਂ ਸਿਆਸੀ ਪਾਰਟੀਆਂ ਕੀ ਉਹਨਾਂ ਨੂੰ ਲੈ ਕੇ ਸੱਚਮੁੱਚ ਵਫ਼ਾਦਾਰ ਨੇ ਆਪਣੇ ਵਾਅਦਿਆਂ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਕਿਸਾਨੀ ਨੂੰ ਲੈ ਕੇ ਉਸ ਮੁੱਦੇ ਨੂੰ ਲੈ ਕੇ ਜੋ ਪੰਜਾਬ ਦੇ ਨਾਲ ਜੁੜਿਆ ਹੋਇਆ ਤੇ ਬਹੁਤ ਵੱਡੇ ਪੱਧਰ ਉੱਤੇ ਕਿਸਾਨ ਪੰਜਾਬ ਦੇ ਵਿੱਚ ਨੇ ਇਸ ਵਿਚਾਰੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਨਾਲ ਜੋੜਾਂਗੇ ਤੇ ਤੇ ਦਰਸ਼ਕਾਂ ਤੁਜੋ ਅੱਜ ਦਾ ਸਵਾਲ ਹੈ ਉਹ ਵੀ ਤੁਹਾਨੂੰ ਦੱਸ ਸੀ ਤੁਹਾਡੀ ਰਾਏ ਅਸੀਂ ਰੋਜ਼ਾਨਾ ਲੈਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਦਾ ਸਵਾਲ ਜੋ ਅਸੀਂ ਚੁੱਕ ਰਹੇ ਹਾਂ ਕਿ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਮੈਨੀਫੈਸਟੋ ਨਾਲ ਨਿਕਲ ਸਕੇਗਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੀ ਰਾਏ ਸਾਨੂੰ ਭੇਜੋ ਹਾਂ ਜਾਂ ਨਹੀਂ ਦੇ ਵਿੱਚ ਯੈਸ ਦੇ ਲਈ ਟਾਈਪ ਕਰੋ Z P H H ਸਪੇਸ ਦੇ ਕੇ Y ਨਹੀਂ ਦੇ ਲਈ ਟਾਈਪ ਕਰੋ Z P H H ਸਪੇਸ ਦੇ ਕੇ N ਇਸ ਨੂੰ ਭੇਜ ਦਿਓ 5757 5 ਉੱਤੇ ਸਾਨੂੰ ਕਾਲ ਕਰ ਸਕਦੇ ਹੋ ਨੈਕਸਟ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਗੱਲ ਹੋਏਗੀ ਤਾਂ ਕਿਸਾਨੀ ਦਾ ਮੁੱਦਾ ਹੈ ਤੇ ਅਸੀਂ ਸਵਾਲ ਅਸੀਂ ਆਪਣੇ ਦਰਸ਼ਕਾਂ ਤੋਂ ਪੁੱਛ ਰਹੇ ਹਾਂ ਕਿ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਮੈਨੀਫੈਸਟੋ ਉਹ ਨਾਲ ਨਿਕਲ ਸਕੇਗਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੀ ਰਾਏ ਸਾਨੂੰ ਤੇ ਸੱਚੇ ਤੇ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਮੁੱਦਾ ਸੀ ਅੱਜ ਕਿਸਾਨੀ ਦਾ ਚੁੱਕਿਆ ਤੇ ਕਿਸਾਨੀ ਦਾ ਮੁੱਦਾ ਅਜੇ ਹੈ ਜੋ ਲਾਜ਼ਮੀ ਤੌਰ ਤੇ ਬਹੁਤ ਗੰਭੀਰ ਵਿਸ਼ਾ ਤੇ ਇਸ ਤੇ ਬਹੁਤ ਵਿਸਥਾਰ ਦੇ ਨਾਲ ਚਰਚਾ ਵੀ ਹੋਣੀ ਚਾਹੀਦੀ ਅਸੀਂ ਪਹਿਲਾਂ ਵੀ ਬਹੁਤ ਵਾਰ ਚਰਚਾ ਕਰ ਚੁੱਕੇ ਹਾਂ ਤੇ ਅੱਜ ਵੀ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਮੈਨੀਫੈਸਟੋ ਇੱਕ ਹੱਲ ਹੈ ਕਿਸਾਨਾਂ ਨੂੰ ਉਹਨਾਂ ਦੇ ਉਸ ਦੌਰ ਚੋਂ ਬਾਹਰ ਕੱਢਣ ਦੇ ਲਈ ਜਿੱਥੇ ਉਹ ਫਸੇ ਹੋਏ ਨਜ਼ਰ ਆਉਂਦੇ ਨੇ ਤੇ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਅੱਜ ਤੇ ਮਹਿਮਾਨਾਂ ਦੇ ਨਾਲ ਕਰਵਾ ਦਈਏ ਵਿਰਸਤ ਸਿੰਘ ਬਲਟੋਹਾ ਜੀ ਅਕਾਲੀ ਦਲ ਤੋਂ ਸਾਡੇ ਨਾਲ ਨੇ ਬਲਟੋਹਾ ਸਾਹਿਬ ਤੁਹਾਡਾ ਬ ਸਰਨਾਲ ਜੀਐਸ ਬਾਲੀ ਜੀ ਨੇ ਜੋ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ ਬਾਲੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਦਿਨ ਆਲੀ ਸਾਡੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਰਨਾਲ ਜੁੜ ਰਹੇ ਨੇ ਸਭਰਾਜ ਪਾਰਟੀ ਤੋਂ ਪ੍ਰੋਫੈਸਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਨਾਲ ਹੀ ਖੇਤੀਬਾੜੀ ਮਹਾਰ ਸਰਨਾਲ ਜੁੜ ਰਹੇ ਨੇ ਕੈਪਟਨ ਐਸਐਸ ਟਿਲੋਂਜੀ ਟਿਲੋਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਇਸ ਚਰਚਾ ਦੇ ਵਿੱਚ ਅਸੀਂ ਮੁੱਦਾ ਕਿਸਾਨੀ ਦਾ ਚੁੱਕਿਆ ਤੇ ਸ਼ੁਰੂਆਤ ਟਿਲੋਂ ਸਾਹਿਬ ਮੈਂ ਤੁਹਾਡੇ ਤੋਂ ਹੀ ਕਰਨ ਜਾ ਰਹੇ ਹਾਂ ਮੈਨੀਫੈਸਟੋ ਦਾਵਿਆਂ ਦੀ ਲਿਸਟ ਪੜ ਕੇ ਵਾਦਿਆਂ ਦੀ ਲਿਸਟ ਪੜ ਕੇ ਬੜਾ ਚੰਗਾ ਲੱਗਦਾ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਕਿਸਾਨਾਂ ਦੀ ਤਸਵੀਰ ਬਦਲ ਜਾਏਗੀ ਪਰ ਕੀ ਇਹ ਸਿਆਸੀ ਮੈਨੀਫੈਸਟੋ ਰੰਗीन ਪੇਜਾਂ ਤੋਂ ਬਾਹਰ ਤੁਹਾਨੂੰ ਕੁਝ ਨਜ਼ਰ ਆਉਂਦਾ ਹੈ ਕਿ ਹਾਂ ਵਾਕੀ ਇਹ ਪਾਰਟੀਆਂ ਸਿਆਸਤਦਾਨ ਗੰਭੀਰ ਨੇ ਕਿਸਾਨੀ ਨੂੰ ਲੈ ਕੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਗੁਰੂ ਜੀ ਜਿਹੜੇ ਜਿਹੜਾ ਮੈਨੀਫੈਸਟੋ ਅੱਜ ਆਮ ਆਦਮੀ ਪਾਰਟੀ ਕੁਲ ਰੀਲਿਸ ਕੀਤਾ ਗਿਆ ਔਰ ਜਦੇ ਵਿੱਚ ਕੁੱਲ 31 ਕਿਨੇ ਪੁਆਇੰਟ ਨੇ ਹੂੰ ਉਹਨਾਂ ਨੂੰ ਪੜਨ ਤੋਂ ਤਾਂ ਇਹੀ ਲੱਗਦਾ ਵੀ ਇਹਦੇ ਵਿੱਚ ਜਿਹੜੀ ਜ਼ਿਆਦਾ ਜਿਹੜੀ ਆਪਣਾ ਮੱਧਨ ਰੱਖੀ ਗਈ ਹੈ ਉਹ ਤਾਂ ਸਿਆਸੀ ਪੱਖ ਹੈ ਉਹਦਾ ਇੰਨੇ ਜ਼ਿਆਦਾ ਪੁਆਇੰਟਾਂ ਨੂੰ ਦੇ ਕੇ ਔਰ ਉਹਦੇ ਵਿੱਚ ਇਹ ਉਮੀਦ ਕਰਨਾ ਵੀ ਇਹਨਾਂ ਸਾਰਿਆਂ ਨੂੰ ਜਿਹੜੀ ਜਿਹੜੀ ਵੀ ਮਤਲਬ ਹੈ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਕਰਨ ਨੂੰ ਇਹ ਉਹਨਾਂ ਦੇ ਉਹਨਾਂ ਦੇ ਖਾਬ ਹੈ ਕਿ ਅਸੀਂ ਸਰਕਾਰ ਬਣਾਵਾਂਗੇ ਤੇ ਇਹਨਾਂ ਸਾਰਿਆਂ ਨੂੰ ਅਸੀਂ ਕਿੰਨਾ ਪੂਰਾ ਕਰਕੇ ਤੇ ਜਿਹੜੇ ਉਹਨਾਂ ਨੇ ਲਿਭਾਣੇ ਜਿਹੜੇ ਨੇ ਖਾਬ ਲੋਕਾਂ ਨੂੰ ਦੇਰੇ ਨੇ ਮੇਰਾ ਨਹੀਂ ਖਿਆਲ ਕੇ ਦੇ ਨਾਲ ਜਿਹੜੀਆਂ ਕਿ ਲੋਕ ਕੀ ਨਾਲ ਉਹਦੇ ਨਾਲ ਕੀ ਨਾਲ ਪਰਚਣਗੇ ਇਹ ਡੇ ਇਹ ਡੇ ਵੱਡੇ ਪੱਤਰ ਦੇ ਉੱਤੇ ਉਹ ਡੇ ਵੱਡੇ ਵੱਡੇ ਵਾਅਦੇ ਕਰਨੇ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਲੋਕਾਂ ਨੂੰ ਇੱਕ ਆਸ ਹੁੰਦੀ ਹੈ ਕਿ ਜਿਹੜਾ ਮੈਨੀਫੈਸਟੋ ਹੈ ਕਿਸੇ ਵੀ ਪਾਰਟੀ ਦਾ ਰਾਜਨੀਤਿਕ ਪਾਰਟੀ ਦਾ ਲੋਕ ਜਾਣਨਾ ਚਾਹੁੰਦੇ ਨੇ ਕਿ ਜੇ ਕੱਲ ਨੂੰ ਅਸੀਂ ਇਹਨਾਂ ਨੂੰ ਵੋਟ ਪਾਉਣੇ ਆ ਔਰ ਅਗਰ ਇਹਨਾਂ ਨੂੰ ਇਹ ਪਾਵਰ ਚਾਹੁੰਦੇ ਨੇ ਸੋ ਕਿਹੜੇ-ਕਿਹੜੇ ਉਹ ਕੰਮ ਕਰਨਗੇ ਜਿਹਦੇ ਨਾਲ ਸਾਡਾ ਜਿਹੜਾ ਕਿ ਇਹਨਾਂ ਭਲਾ ਹੋਵੇਗਾ ਪਰ ਅੱਜ ਦਾ ਬੈਨੀਫੈਸਟੋ ਪੜ੍ਹ ਕੇ ਇਹਦੇ ਵਿੱਚ ਕੋਈ ਮੈਨੂੰ ਇਹੋ ਜੀ ਚੀਜ਼ ਨਹੀਂ ਲੱਗੀ ਕਿ ਖਾਸ ਕਰਕੇ ਜਿਹੜੇ ਕਿ ਕਿਸਾਨਾਂ ਨੂੰ ਇਹਨਾਂ ਤੋਂ ਪਹਿਲੀ ਗੱਲ ਤਾਂ ਇਹਨਾਂ ਨੂੰ ਇਹਨੇ ਪੁਆਇੰਟਾਂ ਨੂੰ ਔਰ ਜਿਸ ਨਜ਼ਰੀਏ ਨਾਲੇ ਪੇਸ਼ ਕੀਤੇ ਗਏ ਨੇ ਇਹਨਾਂ ਨੂੰ ਲਾਗੂ ਕਰਨਾ ਮੇਰੇ ਹਿਸਾਬ ਨਾਲ ਇਹ ਬਿਲਕੁਲ ਕਿਨਾਂ ਸੰਭਵ ਨਹੀਂ ਹੋਏਗਾ ਪ੍ਰੈਕਟੀਕਲੀ ਪੋਸੀਬਲ ਹੈ ਕਿ ਨਹੀਂ ਕਾਫੀ ਜਿਹੜੀ ਇੱਕ ਤਰ੍ਹਾਂ ਦਾ ਲੋਕਾਂ ਤੋਂ ਵੋਟਾਂ ਵੋਟਾਂ ਬਟੋ ਬਿਲਕੁਲ ਨਹੀਂ ਹੈ ਪੋਸੀਬਲ ਠੀਕ ਹੈ ਤੁਸੀਂ ਕਹਿੰਦੇ ਕਿ ਪ੍ਰੈਕਟੀਕਲ ਪੋਸੀਬਲ ਨਹੀਂ ਹੈ ਵਾਅਦੇ ਕਰਨਾ ਟਿਕਾਣਾ ਤੇ ਉਹਨਾਂ ਨੂੰ ਵਫਾ ਕਰਨਾ ਕਿ ਉਹਨਾਂ ਦੇ ਉੱਤੇ ਕੰਮ ਕਰਨਾ ਦੋਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਟਿਲੋ ਸਮੇਂ ਤੇ ਡੋ ਕੋ ਵਾਪਸ ਆਉਂਗਾ ਤੁਸੀਂ ਬਹੁਤ ਵੈਲਿਡ ਪੁਆਇੰਟ ਚੁੱਕਿਆ ਕਿ ਜੋ ਵਾਅਦੇ ਕੀਤੇ ਜਾ ਰਹੇ ਨੇ ਉਹਨੂੰ ਪ੍ਰੈਕਟੀਕਲੀ ਤਰਤਲ ਤੇ ਲਾਗੂ ਕਰਨਾ ਆਸਾਨ ਨਹੀਂ ਹੈ ਵਲਟੋਵਾ ਸਾਹਿਬ ਸਾਡ ਨਾਲ ਨੇ ਵਲਟੋਵਾ ਸਾਹਿਬ ਪਹਿਲਾਂ ਮੈਨੀਫੈਸਟੋ ਆਮ ਤੌਰ ਤੇ ਹੁੰਦਾ ਸੀ ਕਿ ਇਲੈਕਸ਼ਨਸ ਤੋਂ ਬਹੁਤ ਸਮਾਂ ਘਟ ਰਹਿ ਜਾਂਦਾ ਸੀ ਉਸ ਸਮੇਂ ਸਾਹਮਣੇ ਆਉਂਦਾ ਸੀ ਤੇ ਇੱਕ ਮੈਨੀਫੈਸਟੋ ਹਰ ਇੱਕ ਪੋਲਿਟੀਕਲ ਪਾਰਟੀ ਵੱਲੋਂ ਪਰ ਇਸ ਵਾਰੀ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਰਵਾਇਤ ਤੋਰੀ ਹੈ ਕਿ ਵੱਖ-ਵੱਖ ਜਿਹੜੇ ਮੈਨੀਫੈਸਟੋ ਗੱਡੇ ਜਾ ਰਹੇ ਨੇ ਪਹਿਲਾਂ ਯੂਥ ਮੈਨੀਫੈਸਟੋ ਹੁਣ ਕਿਸਾਨਾਂ ਵਾਸਤੇ ਕਿਸ ਤਰ੍ਹਾਂ ਦਾ ਨਾਲ ਮੈਨੀਫੈਸਟੋ ਨੂੰ ਦੇਖਦੇ ਹੋ ਤੇ ਜੋ ਵਾਅਦੇ ਕੀਤੇ ਗਏ ਨੇ ਕਿਉਂਕਿ ਕਰਜ਼ੇ ਦੀ ਬਹੁਤ ਵੱਡੀ ਪ੍ਰੋਬਲਮ ਹੈ ਜਿਸ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆਉਂਦੀਆਂ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਉਹਨਾਂ ਨੇ ਕਿਹਾ ਕਿ 2018 ਤੱਕ ਅਸੀਂ ਬਿਲਕੁਲ ਕਰਜ਼ਾ ਮੁਕਤ ਕਰ ਦਾਂਗੇ ਆ ਗੁਰਵਜੀ ਢਿਲੋਂ ਸਾਹਿਬ ਬੜੇ ਸੀਨੀਅਰ ਆਫੀਸਰ ਰਹੇ ਨੇ ਪੰਜਾਬ ਦੀ ਕਿਸਾਨੀ ਨਾਲ ਜੁੜੇ ਹੋਏ ਨੇ ਕਿਸਾਨੀ ਮੁਤਲਕ ਇਹਨਾਂ ਦਾ ਬਹੁਤ ਵੱਡਾ ਤਜਰਬਾ ਹੈ ਔਰ ਮੈਂ ਖੁਦ ਇੱਕ ਕਿਸਾਨ ਪਰਿਵਾਰ ਦੇ ਨਾਲ ਸੰਬੰਧਤ ਹਾਂ ਜਿਹੜੇ ਸੱਜਣ ਬੈਠੇ ਨੇ ਬਾਲੀ ਸਾਹਿਬ ਵੀ ਪ੍ਰੋਫੈਸਰ ਮਨਜੀਤ ਸਿੰਘ ਜੀ ਜੇ ਤੁਸੀਂ ਵੀ ਆਪਾਂ ਸਾਰੇ ਪੰਜਾਬੀ ਆ ਪੰਜਾਬ ਦੇ ਪੰਜਾਬੀ ਜਿਹੜੇ ਲੋਕ ਨੇ ਕਿਸਾਨੀ ਨਾਲ ਜੁੜੇ ਹੋਏ ਨੇ ਔਰ ਜਿਸ ਤਰ੍ਹਾਂ ਠਿੱਲੋਂ ਸਭ ਨੇ ਜ਼ਿਕਰ ਕੀਤਾ ਹੈ ਇਹ ਕੇਵਲ ਤੇ ਕੇਵਲ ਸਿਆਸੀ ਸਟੰਟਬਾਜ਼ੀ ਕੇਵਲ ਤੇ ਕੇਵਲ ਰਾਜਨੀਤਿਕ ਵੋਟਾਂ ਲੈਣ ਲਈ ਇਸ ਤਰ੍ਹਾਂ ਗੱਲਾਂ ਨਹੀਂ ਬਣਦੀਆਂ ਹੁਣ ਲੋਕ ਬਹੁਤ ਸਮਝਦਾਰ ਹੋ ਗਏ ਨੇ ਤੇ ਸਮਝਦਾਰ ਹੋ ਗਏ ਨੇ ਕਿ ਪਹਿਲਾਂ ਲੋਕ ਜਿਹੜੇ ਸੀ ਇਹਨਾਂ ਨਾਲ ਬੜੀ ਆਸ ਨਾਲ ਜੁੜੇ ਸੀ ਨਵੀਂ ਪਾਰਟੀਆਂ ਵੀ ਪਤਨ ਕੀ ਕ੍ਰਿਸ਼ਮਾ ਕਰ ਦੂ ਤੇ ਜਦੋਂ ਇਹਨਾਂ ਦੀ ਕਰਤੂਤਾਂ ਦੇਖਿਆ ਤੇ ਪਿੱਛੇ हट ਗਏ ਹੁਣ ਇਹ ਪਰਲੋਭਣ ਦੇ ਰਹੇ ਨੇ ਤੇ ਪਰਲੋਭਣ ਨਾਲ ਗੱਲਾਂ ਨਹੀਂ ਬਣਦੀਆਂ ਔਰ ਜਿਸ ਤਰ੍ਹਾਂ ਸਬ ਸੁਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਮਨੁੱਖ ਕਿਸਾਨੀ ਦੀਆਂ ਗੱਲਾਂ ਕਰਦਾ ਜਿਹਨੂੰ ਇਹ ਹੀ ਨਹੀਂ ਪਤਾ ਕਿ ਝੋਨਾ ਕੀ ਹੈ ਤੇ ਨਦੀਨ ਕੀ ਹੈ ਜਿਹਨੂੰ ਇਹ ਹੀ ਨਹੀਂ ਪਤਾ ਕਿ ਮੇਰੀ ਪਾਰਟੀ ਚ ਚੰਗਾ ਕੌਣ ਹੈ ਤੇ ਗੁੱਡਾ ਕੌਣ ਆ ਤੇ ਅੱਜ ਉਹ ਲੋਕਾਂ ਨੂੰ ਬੜਾ ਬੜੇ ਗਾਂ ਵਿਜਣ ਦੇ ਰਿਹਾ ਹੈ ਔਰ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਕਿਸੇ ਦਾ ਫੇਸਬੁੱਕ ਤੇ ਪੜ ਰਿਆ ਸੀ ਬੜੇ ਸੀਨੀਅਰ ਕਿਸੇ ਪੱਤਰਕਾਰ ਦਾ ਉਹ ਕਹਿੰਦਾ ਗੱਲਾਂ ਤੇ ਵੱਡੀਆਂ ਕਰ ਦਿੱਤੀਆਂ ਚਲੋ ਮੰਨ ਲਿਆ ਤੁਸੀਂ ਸੀਰੀਅਸ ਹੋਗੇ ਪਰ ਕਰੋਗੇ ਕਿਵੇਂ ਹਮ ਕਰਨ ਦਾ ਕੋਈ ਹੈ ਹੀ ਨਹੀਂ ਔਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸੁਆਮੀ ਨਾਥਨ ਰਿਪੋਰਟ ਇਹ ਸੈਂਟਰ ਨੇ ਲਾਗੂ ਕਰਨੀ ਹੈ ਤੇ ਸੈਂਟਰ ਤੇ ਛੱਡ ਕੇ ਤੁਹਾਡਾ ਤੇ ਪੰਜਾਬ 'ਚ ਕੁਝ ਨਹੀਂ ਹੈਗਾ ਐਮਐਸਪੀ ਦੀ ਗੱਲ ਕਰਦੇ ਕਿ ਅਸੀਂ ਐਮਐਸਪੀ ਜਿਹੜੀ ਹਰੇਕ ਫਸਲ ਦੇ ਉੱਤੇ ਚਾਹ ਮੱਕੀ ਹੈ ਚਾਹ ਬਾਸਮਤੀ ਹੈ ਹਾਂਜੀ ਤੇ ਚਾਹੇ ਜਿਹੜੀਆਂ ਹੋਰ ਫਸਲਾਂ ਨੇ ਦਾਲਾਂ ਵਗੈਰਾ ਉਹਨਾਂ ਤੇ ਐਮਐਸ ਐਮਐਸਪੀ ਲਾਗੂ ਕਰਦਾਂਗੇ ਐਮਐਸਪੀ ਉਹ ਸਟਿਹੋਂ ਸਾ ਬੈਠੇ ਨੇ ਤੇ ਉਹਨਾਂ ਮੀਟਿੰਗਾਂ ਚ ਜਾਂਦੇ ਰਹੇ ਨੇ ਉਹਨਾਂ ਕਮਿਸ਼ਨ ਦੀਆਂ ਮੀਟਿੰਗਾਂ ਚ ਜਿਹੜੇ ਰੇਟ ਤੈਅ ਕਰਦੇ ਰਹੇ ਨੇ ਜਿਹੜੇ ਭਾਅ ਨਿਥਦੇ ਨੇ ਅਸੀਂ ਕਹਿੰਦੇ ਹੁਣੇ ਚਾਹੀਦੀ ਐ ਐਮਐਸਪੀ ਅਸੀਂ ਤੇ ਹਰੇਕ ਫਸਲ ਤੇ ਐਮਐਸਪੀ ਮੰਗਦੇ ਆ ਪਰ ਇਹ ਕੀ ਕੇਜਰੀਵਾਲ ਜੀ ਨੇ ਕਰਨੀ ਇਹ ਤਾਂ ਉਹੀ ਗੱਲ ਕਰਤੀ ਕਿ ਜਿਹੜਾ ਯੂਥ ਮੈਨੀਫੈਸਟੋ ਜਾਰੀ ਕੀਤਾ ਕਹਿੰਦੇ ਕਿ 5 ਸਾਲਾਂ ਚ 25 ਲੱਖ ਨੌਜਵਾਨਾਂ ਨੂੰ ਨੌਕਰੀ ਦੇਵਾਂਗੇ ਹਵਾ ਚ ਤੀਰ ਛੱਡਤਾ ਤੇ 25 ਲੱਖ ਦਾ ਮਤਲਬ ਰੋਜ਼ਾਨਾ 1.5 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇਵਾਂਗੇ 1.5 ਹਜ਼ਾਰ ਨੂੰ ਦੇ ਸਕਦੇ ਕੋਈ ਵੀ ਸਰਕਾਰ ਮੈਂ ਨਾ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਕੋਈ ਵੀ ਸਰਕਾਰ ਮੇਰਾ ਖਿਆਲ ਦੁਨੀਆ ਦੀ ਕੋਈ ਸਰਕਾਰ ਨਹੀਂ ਦੇ ਸਕਦੀ 1000 ਲੋਕਾਂ ਨੂੰ ਰੁਜ਼ਗਾਰ ਜਿਹੜੀ ਨੌਕਰੀ ਹੈ ਇਹ ਹਵਾ ਦੇ ਤੀਰ ਛੱਡਣ ਨਾਲ ਗੱਲਾਂ ਨਹੀਂ ਬਣਦੀਆਂ ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਦਿੱਲੀ ਦੇ ਵਿੱਚ ਕਿਸਾਨੀ ਬਹੁਤ ਛੋਟੀ ਜੀ ਮੇਰਾ ਖਿਆਲ 1% ਹੋਣੀ ਹੈ 1% ਦਿੱਲੀ ਦੀ ਟੋਟਲ ਆਬਾਦੀ ਦਾ ਮੇਰਾ ਖਿਆਲ ਹੋਣਾ ਤੇ ਉੱਥੇ ਜੋ ਕੁਛ ਹੈ ਉਥੋਂ ਦੇ ਕਿਸਾਨਾਂ ਨੂੰ 4000 ਰੁਪਏ ਲਾਉਂਦਾ ਸੀ ਅੱਗੇ ਟਿਊਬਲ ਦਾ ਹੁਣ 8000 ਹੋ ਗਿਆ ਉਥੋਂ ਦੇ ਕਿਸਾਨਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਸ ਚੀਜ਼ ਚੀਜ਼ ਕੇ ਕਹਿ ਰਹੇ ਕਿ ਸਾਡੇ ਨਾਲ ਇਹ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਤੇ ਸਾਡੇ ਲਈ ਕੱਖ ਨਹੀਂ ਕੀਤਾ ਮੇਰਾ ਕਹਿਣ ਦਾ ਮਤਲਬ ਹੈ ਕਿ ਕੇਜਰੀਵਾਲ ਸਾਹਿਬ ਉਹਨਾਂ ਦੀ ਟੀਮ ਨੂੰ ਮੇਰੀ ਬੇਨਤੀ ਹੈ ਸਿਆਸਤ ਕਰੋ ਸੱਚੀ ਤੇ ਸੁੱੱਚੀ ਕਰੋ ਪੰਜਾਬ ਦੇ ਲੋਕਾਂ ਨੂੰ ਇੰਨੇ ਬੇਵਕੂਫ ਨਾ ਸਮਝੋ ਚਲੋ ਠੀਕ ਹੈ ਇਹ ਲੋਕ ਲੋਕ ਖੁਦ ਡਿਸਾਈਡ ਕਰਨਗੇ ਕਿ ਕੀ ਆ ਜਾਣਕੀ ਜੋ ਦਾਅਵੇ ਕੀਤੇ ਜਾ ਰਹੇ ਨੇ ਜਾਂ ਵਾਅਦੇ ਕੀਤੇ ਜਾ ਰਹੇ ਨੇ ਉਹ ਪ੍ਰੈਕਟੀਕਲ ਪੋਸੀਬਲ ਹੈ ਜਾਂ ਨਹੀਂ ਹੈ ਸੰਨਲ ਜੀਐਸ ਬਾਲੀ ਜੀ ਨੇ ਕਾਂਗਰਸ ਤੋਂ ਬਾਲੀ ਸਾਹਿਬ ਕੈਪਟਨ ਸਾਹਿਬ ਵੀ ਇਹ ਦਾਅਵਾ ਕਰਦੇ ਨੇ ਕਿ ਅਸੀਂ ਕਰਜ਼ਾ ਮਾਫ ਕਰ ਦਾਂਗੇ ਕਰਜ਼ਾ ਮੁਕਤ ਹੋ ਜਾਏਗਾ ਕਿਸਾਨ ਹੁਣ ਉਹੀ ਦਾਅਵੇ ਦੂਜੀ ਪਾਰਟੀ ਵੱਲੋਂ ਵੀ ਕੀਤੇ ਜਾ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜੋ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਨੇ ਮੈਨੀਫੈਸਟੋ ਦੇ ਜ਼ਰੀਏ ਕਿਸਾਨਾਂ ਗਰ ਜੀ ਗਰਵ ਜੀ ਗਰਵ ਜੀ ਪਹਿਲੀ ਗੱਲ ਤੇ ਇਹ ਵੀ ਨਾ ਤੁਸੀਂ ਸਾਨੂੰ ਨਜ਼ਰ ਆ ਰਹੇ ਹੋ ਤੇ ਮੇਰੇ ਖਿਆਲ ਅਸੀਂ ਨਜ਼ਰ ਆ ਰਹੇ ਹਾਂ ਕਿ ਨਹੀਂ ਆ ਰਹੇ ਪਤਾ ਨਹੀਂ ਨਹੀਂ ਤੁਸੀਂ ਮੈਨੂੰ ਪੂਰੇ ਨਜ਼ਰ ਆ ਰਹੇ ਹੋ ਤੁਹਾਡੀ ਆਵਾਜ਼ ਹਾਂ ਗੱਲ ਸੁਣੀ ਜਾ ਰਹੀ ਸੀ ਅਸੀਂ ਨਜ਼ਰ ਨਹੀਂ ਆ ਰਹੇ ਇੱਕ ਦੂਜੇ ਨੂੰ ਆਛਾ ਰਾਈਟ ਸਰ ਰਾਈਟ ਰਾਈਟ ਦੇਖੋ ਅਮਰਿੰਦਰ ਸਿੰਘ ਸਾਹਿਬ ਨੇ ਅਗਰ ਕੋਈ ਗੱਲ ਕਹੀ ਹੈ ਦੇਖੋ ਜ਼ਿੰਮੇਦਾਰ ਪੀਸੀਸੀ ਪ੍ਰੈਜ਼ੀਡੈਂਟ ਨੇ ਸਾਡੇ ਪੰਜਾਬ ਦੇ ਉਹ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਉਹ ਤੇ ਉਹਨਾਂ ਨੇ ਕਿਸੇ ਆਧਾਰ ਤੇ ਇਹ ਗੱਲ ਕਹੀ ਹੋਈ ਹੈ ਦੇਖੋ ਮੈਂ ਯੂਪੀਏ ਦੀ ਵੀ ਗੱਲ ਕਰਾਂਗਾ ਬਲਟੋਆ ਸਾਹਿਬ ਨੇ ਵੀ ਸਰਕਾਰਾਂ ਦੀ ਗੱਲ ਦੱਸੀ ਇਹਨਾਂ ਦੇ ਮੈਨੀਫੈਸਟੋ ਦੀ ਵੀ ਗੱਲ ਦੱਸੀ ਦੇਖੋ ਅੱਜ ਲੋਕ ਲੀਡਰਾਂ ਦੀ ਗੱਲ ਨੂੰ ਨਕਾਰ ਦਿੰਦੇ ਨੇ ਉਹਨਾਂ ਦੇ ਕਾਰਨ ਨਹੀਂ ਹੁੰਦੇ ਨੇ ਵੀ ਕਈ ਐਸੇ ਲੀਡਰ ਵਿੱਚ ਆ ਜਾਂਦੇ ਨੇ ਜਿੱਦਾਂ ਮੈਂ ਮੰਨਿਆ ਕੇਜਰੀਵਾਲ ਸਾਹਿਬ ਜੀ ਗੱਲ ਕਰਲਾਂ ਕੇਜਰੀਵਾਲ ਸਾਹਿਬ ਇਹ ਕਹਿੰਦੇ ਨੇ ਕਿ ਮੈਂ 25 ਲੱਖ ਨੌਕਰੀ ਜੋਗੀ ਬਲਟੋਆ ਸਾਹਿਬ ਨੇ ਕਿਹਾ ਇਹ ਪੋਸੀਬਲ ਹੀ ਨਹੀਂ ਹੈਗਾ ਤੇ ਲੋਕਾਂ ਨੂੰ ਸਾਫ਼ ਨਜ਼ਰ ਆਉਂਦਾ ਇਸ ਚੀਜ਼ ਦੇ ਵਿੱਚ ਕਿ ਇਹ ਲੀਡਰ ਸਭਾਂ ਝੂਠ ਬੋਲ ਰਹੇ ਨੇ ਦੂਸਰੀ ਦਿੱਲੀ ਦੀ ਗੱਲ ਆਪਾਂ ਕਰਦੇ ਆ ਕਿਾ ਦਿੱਲੀ ਦੇ ਅੰਦਰ ਉਹਨਾਂ ਨੇ ਕਿਸਾਨਾਂ ਦਾ ਸਾਰਾ ਹੱਲ ਕਰਤਾ ਤੇ ਆਪਾਂ ਦਿੱਲੀ ਜੀ ਝੂਠ ਬੋਲ ਕੇ ਸਰਕਾਰ ਲੈ ਆਏ ਆ ਤੇ ਕੀ ਹੁਣ ਅਸੀਂ ਪੰਜਾਬ 'ਚ ਵੀ ਝੂਠ ਬੋਲ ਕੇ ਸਰਕਾਰ ਨੇ ਆਣਾ ਚਾਹੁੰਦੇ ਆ ਕਿ ਅਸੀਂ ਪੰਜਾਬ ਦੇ ਅੰਦਰ 25 ਲੱਖ ਨੌਕਰੀਆਂ ਦੇ ਦਿਆਂਗੇ ਕਿਵੇਂ ਦੇ ਦਿਓਗੇ ਉਹਦਾ ਕੋਈ ਸਿਸਟਮ ਵੀ ਤਾਂ ਸਮਝਾਓ ਅਸੀਂ ਸਾਰੀ ਸਥਿਤੀਆਂ ਪੰਜਾਬ ਦੇ ਅੰਦਰ ਬਦਲ ਦਿਆਂਗੇ ਅਸੀਂ ਰਾਜਨੀਤਿਕ ਸਾਰੀ ਬਦਲ ਦਿਆਂਗੇ ਅਸੀਂ ਸਾਰਾ ਸਿਸਟਮ ਬਦਲ ਦਿਆਂਗੇ ਉਹਦਾ ਵੇਰਵਾ ਦਿਓ ਵੀ ਕਿੱਦਾਂ ਬਦਲ ਦਿਓਗੇ ਤੁਸੀਂ ਲੋਕ ਤੁਹਾਡੇ ਤੇ ਵਿਸ਼ਵਾਸ ਕਿਵੇਂ ਕਰ ਲੈਣ ਵੀ ਅਗਰ ਕੋਈ ਅਗਰ ਆਪਾਂ ਮੈਨੀਫੈਸਟੋ ਦੇ ਵਿੱਚ ਕੋਈ ਗੱਲ ਕਰਦੇ ਆ ਅਗਰ ਲੋਕਾਂ ਨੂੰ ਆਪਾਂ ਕੋਈ ਗੱਲ ਸਮਝਾਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਜੀ ਅਸੀਂ ਦਾ ਹੌਲੀ ਸਿਟੀ ਅਸੀਂ ਹਰਮੰਦਰ ਸਾਹਿਬ ਨੂੰ ਦਰਜਾ ਦੇ ਦੇਵਾਂਗੇ ਕਿਹਾ ਤੁਸੀਂ ਫੁੱਲ ਦਰਜਾ ਦਿੱਲੀ ਨੂੰ ਦਵਾਤਾ ਤੁਹਾਨੂੰ 1.5 ਸਾਲ ਹੋ ਗਏ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਤੁਸੀਂ ਹਮੇਸ਼ਾ ਜਦੋਂ ਗੱਲ ਕਰਦੇ ਹੋ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਤੁਸੀਂ ਮਾੜਾ ਕਹਿੰਦੇ ਹੋ ਹੋਮ ਮਿੰਿਸਟਰ ਸਾਹਿਬ ਨੂੰ ਤੁਸੀਂ ਮਾੜਾ ਕਹਿੰਦੇ ਹੋ ਫਾਈਨੈਂਸ ਮਿੰਿਸਟਰ ਸਾਹਿਬ ਨੂੰ ਤੁਸੀਂ ਮਾੜਾ ਕਹਿੰਦੇ ਹੋ ਤੇ ਤੁਸੀਂ ਆਪਣੀ ਸਟੇਟ ਚਲਾਓਗੇ ਕਿਵੇਂ ਤਾਨੂੰ ਇਹੀ ਸਮੇਂ ਨਹੀਂ ਆਦੀ ਨੌਕਰੀਆਂ ਤੁਸੀਂ ਇੱਥੇ ਦਵਾਉਗੇ ਕਿਵੇਂ ਤੁਹਾਨੂੰ ਪਰਮਿਸ਼ਨ ਤਾਂ ਸੈਂਟਰ ਤੋਂ ਹੀ ਲੈਣੀ ਪੈਣੀ ਹੈ ਨਾ ਤੇ ਸੈਂਟਰ ਨਾਲ ਤੁਹਾਡੇ ਰਿਲੇਸ਼ਨ ਕਿਹੋ ਜਿਹੇ ਨੇ ਤੇ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ ਦੇਖੋ ਯੂਪੀਐਸ ਸਰਕਾਰ ਨੇ 72 ਹਜ਼ਾਰ ਕਰੋੜ ਰੁਪਇਆ ਕਿਸਾਨਾਂ ਨੂੰ ਮਾਨਯੇ ਮਨਮੋਹਨ ਸਿੰਘ ਸਾਹਿਬ ਨੇ ਛੱਡਿਆ ਸੀ ਅਸੀਂ ਇਹ ਕਹਿੰਦੇ ਕਿ ਅੱਜ ਦੀ ਜੇਡ ਦੇ ਵਿੱਚ ਜਿਵੇਂ ਜਿਵੇਂ ਝੂਠੇ ਵਾਅਦੇ ਕਰ ਰਹੇ ਹੈਗੇ ਨੇ ਕਿਾ ਦਿੱਲੀ ਦੇ ਅੰਦਰ ਇਹੋ ਜਿਹਾ ਇਹਨਾਂ ਨੇ ਕੋਈ ਕੰਮ ਕੀਤਾ ਕਿਾ ਨੌਜਵਾਨਾਂ ਵਾਸਤੇ ਇਹਨਾਂ ਨੇ ਕੋਈ ਕੰਮ ਕੀਤਾ ਇਹ ਕਹਿੰਦੇ ਨਾ ਅਸੀਂ 25000 25 ਲੱਖ ਨੌਕਰੀਆਂ ਦੇ ਦਾਂਗੇ ਉੱਥੇ ਹੀ ਇੱਕ ਸਾਲ 'ਚ 5 ਲੱਖ ਨੌਕਰੀ ਦੇ ਦੇ ਫਿਰ ਵੀ ਆਪਾਂ ਮੰਨ ਲੈਂਦੇ ਇਹਨਾਂ ਨੂੰ ਚਲੋ ਠੀਕ ਹੈ ਮੈਂ ਜੇ ਦਿੱਲੀ ਦੇ ਅੰਦਰ 5 ਲੱਖ ਨੌਕਰੀ ਦੇ ਦਿੱਤੀ ਹੈ ਜੀ 1.5 ਸਾਲ ਦੇ ਅੰਦਰ ਤੇ ਸ਼ਾਇਦ ਪੰਜਾਬ 'ਚ ਵੀ ਦੇ ਦੇਣਗੇ ਜੀ ਠੀਕ ਹੈ ਮੈਂ ਹੀ ਗੋਲਗਾ ਕਿ ਫੋਕਸ ਆਪਾਂ ਜਿਹੜਾ ਮੈਨੀਫੈਸਟੋ ਕਿਸਾਨਾਂ ਨੂੰ ਲੈ ਕੇ ਆ ਉਸਤੇ ਹੀ ਰੱਖੀਏ ਕਿਉਂਕਿ ਯੂਥ ਵਾਲੇ ਦੇ ਵਿੱਚ ਬਹੁਤ ਸਾਰੇ ਕੰਟਰੋਵਰਸੀਆਂ ਵੀ ਰਹੀਆਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਦਾਅਵੇ ਆਪਾਂ ਉਹਨਾਂ ਤੇ ਪਹਿਲਾਂ ਚਰਚਾ ਕਰ ਚੁੱਕੇ ਹਾਂ ਪ੍ਰੋਫੈਸਰ ਸਾਹਿਬ ਕਿਸਾਨਾਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਤਾਂ ਲੱਗਦਾ ਕਿ ਪ੍ਰੈਕਟੀਕਲ ਪੋਸੀਬਲ ਹੈ ਕਿਉਂਕਿ ਤੁਸੀਂ ਵੀ ਇਲੈਕਸ਼ਨਸ ਦੇ ਵਿੱਚ ਜਾਓਗੇ ਜੇਕਰ ਸਵਰਾਜ ਪਾਰਟੀ ਵੀ ਇਲੈਕਸ਼ਨਸ ਦੇ ਵਿੱਚ ਜਾਂਦੀ ਹੈ ਤਾਂ ਤੁਹਾਨੂੰ ਵੀ ਆਪਣਾ ਰੋਡ ਮੈਪ ਦੱਸਣਾ ਹੋਏਗਾ ਕਿਸਾਨਾਂ ਨੂੰ ਕਿ ਕਿਸਾਨਾਂ ਵਾਸਤੇ ਤੁਸੀਂ ਕੀ ਕਰੋਗੇ ਲਾਸਵੀ ਤੌਰ ਤੇ ਤੁਹਾਡੇ ਤੋਂ ਵੀ ਸਵਾਲ ਪੁੱਛਿਆ ਜਾਏਗਾ ਤਾਂ ਲੱਗਦਾ ਕਿ ਇਹ ਪ੍ਰੈਕਟੀਕਲੀ ਪੋਸੀਬਲ ਹੈਗਾ ਜੋ ਦਾਅਵੇ ਕੀਤੇ ਜਾ ਰਹੇ ਨੇ ਹ ਇਹ ਪਾਰਟੀਆਂ ਜਿਹੜੀਆਂ ਆ ਲੁਭਾਵੇਂ ਸੁਪਨੇ ਤੇ ਦਿਖਾਉਂਦੀਆਂ ਆ ਦੇਖਣ ਵਾਲੀ ਗੱਲ ਇਹ ਹੈ ਕਿ ਮੋਦੀ ਜੀ ਨੇ ਵੀ ਆਪਣੀ ਕੈਂਪੇਨ ਦੇ ਵਿੱਚ ਕਿਹਾ ਸੀ ਕਿ ਅਸੀਂ ਸਵਾਮੀ 나ਥਨ ਰਿਪੋਰਟ ਨੂੰ ਲਾਗੂ ਕਰਾਂਗੇ ਸਾਰੀਆਂ ਕਿਸਾਨ ਯੂਨੀਅਨਾਂ ਲਗਾਤਾਰ ਮੰਗ ਕਰ ਰਹੀਆਂ ਕਿ ਉਹਨੂੰ ਲਾਗੂ ਕਰੋ ਉਹ ਲਾਗੂ ਹੁਣ ਕਹਿੰਦੇ ਜੀ ਹੋ ਨਹੀਂ ਸਕਦੀ ਕਿਉਂਕਿ ਉਹਦੇ ਲਈ ਬਹੁਤ ਵੱਡਾ ਪੈਸਾ ਚਾਹੀਦਾ ਆ ਬਹੁਤ ਜ਼ਿਆਦਾ ਕੰਪਨਸੇਸ਼ਨ ਜਿਹੜਾ ਉਹ ਚਾਹੀਦਾ ਮੈਨੂੰ ਲੱਗਦਾ ਕਿ ਇਹਨਾਂ ਗਰੀਬਾਂ ਦਾ ਖਾਸ ਕਰ ਗਰੀਬ ਕਿਸਾਨਾਂ ਦਾ ਮਜ਼ਾਕ ਡਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਇਹ ਪਾਰਟੀਆਂ ਉਹਨਾਂ ਨੂੰ ਸਮਝਦੀਆਂ ਕਿ ਠੀਕ ਹੈ ਇਹ ਸਿੱਧੇ ਸਾਡੇ ਜੇ ਲੋਕ ਆ ਤੇ ਇਹਨਾਂ ਨੂੰ ਕੁਝ ਵੀ ਬੋਲ ਦਿਓ ਇੱਕ ਵਾਰੀ ਵੋਟਾਂ ਲੈ ਲਓ ਬਾਅਦ ਵਿੱਚ ਸੁੱਤੇ ਰਹੋ ਇਸ ਤਰੀਕੇ ਨਾਲ ਆਪਣੇ ਹੀ ਦੇਸ਼ ਵਾਸੀਆਂ ਨੂੰ ਖਾਸ ਕਰ ਕਿਸਾਨਾਂ ਨੂੰ ਜਿਹੜੇ ਅੰਨ ਦਾਤਾ ਆ ਜਿਹੜੇ ਸਾਰਿਆਂ ਨੂੰ ਰੋਟੀਆਂ ਖਵਾਉਂਦੇ ਆ ਸਾਡੇ ਘਰਾਂ 'ਚ ਦੁੱਧ ਤੱਕ ਪਹੁੰਚਾਉਂਦੇ ਆ ਸਬਜ਼ੀਆਂ ਪਹੁੰਚਾਉਂਦੇ ਆ ਸ਼ਹਿਰਾਂ ਦੇ ਵਿੱਚ ਸ਼ਹਿਰੀਆਂ ਨੂੰ ਉਹਨਾਂ ਪ੍ਰਤੀ ਬੜਾ ਇੱਕ ਵਧੀਆ ਸੋਚ ਹੋਣੀ ਚਾਹੀਦੀ ਪਰ ਇਹ ਹੈ ਨਹੀਂ ਅੱਜ ਵੀ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਗਿਆ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਮਾੜਾ ਮੋਟਾ ਵੀ ਖੇਤੀ ਬਾਰੇ ਕੋਈ ਸਮਝ ਹੈ ਕਿ ਖੇਤੀ ਤੇ ਕਿਸਾਨ ਹੁੰਦੇ ਕੀ ਹੈਗੇ ਇਸ ਕਿ ਇੱਕ ਤੈਨਰ ਆਪਣਾ ਸ਼ਹਿਰੀ ਜੀਵਨ ਹੈ ਤੇ ਵੈਸੇ ਵੀ ਕੋਈ ਉਹਨਾਂ ਦਾ ਐਕਸਪਰਟੀਜ਼ ਨਹੀਂ ਹੈ ਹੁਣ ਤੁਸੀਂ ਸਰਦਾਰਾ ਸਿੰਘ ਜੋਹੜ ਨਾਲ ਟੀਮ ਜਾ ਕੇ ਇੱਕ ਘੰਟਾ ਬਹਿ ਗਏ ਉਹ ਤੇ ਖੇਤੀ ਬਾਰੇ ਜਾਣਕਾਰੀ ਹੋ ਜੂਗੀ ਇਸ ਤਰ੍ਹਾਂ ਨਹੀਂ ਹੁੰਦਾ ਉਹਨਾਂ ਨੇ ਜ਼ਰੂਰ ਵਧੀਆ ਗੱਲਾਂ ਇਹਨਾਂ ਨੂੰ ਦਸੀਆਂ ਹੋਣਗੀਆਂ ਪਰ ਇਹਨਾਂ ਦੇ ਸਮਝ ਨਹੀਂ ਪਈਆਂ ਹੋਣਗੀਆਂ ਮੈਂ ਪੱਕਾ ਕਹਿ ਸਕਦਾ ਨਹੀਂ ਤੇ ਇਹੋ ਜਿਹੇ ਏਡੇ ਏਡੇ ਵੱਡੇ ਵਾਅਦੇ ਕਰਨ ਦਾ ਕੋਈ ਮਤਲਬ ਨਹੀਂ ਸੀਗਾ ਜਾਨੀ ਕਰਜ਼ਾ ਮੁਕਤ ਕਰ ਦਿਆਂਗੇ ਜੇ ਕਰਜ਼ਾ ਮੁਕਤ ਕਰਤਾ ਫਿਰ ਕਰਜ਼ਾ ਚੜੂਗਾ ਕਿ ਨਹੀਂ ਚੜੂਗਾ ਕਿਸਾਨੀ ਦੇ ਮਸਲੇ ਬਹੁਤ ਪਚੀਦਾ ਹੈ ਔਰ ਸਾਰੀ ਦੁਨੀਆ ਦੀ ਕਿਸਾਨੀ ਘਾਟੇ ਵੱੰਦ ਘਾਟੇ ਦੇ ਵਿੱਚ ਜਾ ਰਹੀ ਆ ਅਮਰੀਕਾ ਵਰਗੇ ਦੇਸ਼ ਨੂੰ ਜਿੱਥੇ ਥੋੜੇ ਜਿਹੇ ਫਾਰਮ ਆ 27000 28000 ਵੱਡੇ ਵੱਡੇ ਫਾਰਮਰ ਹੈਗੇ ਉਹਨਾਂ ਦੇ ਇੰਨੇ ਥੋੜੇ ਫਾਰਮਰ ਹੋਣ ਦੇ 10 10 ਹਜ਼ਾਰ ਏਕੜ ਦਾ ਫਾਰਮ ਆ 20 20 ਹਜ਼ਾਰ ਦਾ ਇਹ ਤੋਂ ਵੱਡਾ ਵੀ ਫਾਰਮ ਹੋਊਗਾ ਤਾਂ ਇਹੋ ਕਾਟੇ ਬੰਦਾ ਸੌਦਾ ਸਾਡੇ ਦੇ ਕਿਸੇ ਦੇ 5 ਏਕੜ ਕਿਸੇ ਦੇ 2 ਏਕੜ ਕਿਸੇ ਦੇ 3 ਏਕੜ ਇਹ ਸਰਕਾਰਾਂ ਕਿਸਾਨਾਂ ਦੀ ਪਿੱਠ ਪਿੱਛੇ ਨਹੀਂ ਹੁਣ ਕਿਸਾਨੀ ਖੇਤੀ ਨਹੀਂ ਬੈਠ ਸਕਦੀ ਪਰ ਪਰ ਇਹ ਲੋਕ ਉਹਨਾਂ ਦੀ ਇਸ ਮਜਬੂਰੀ ਦਾ ਲਗਾਤਾਰ ਮਤਲਬ ਮਜ਼ਾਕ ਉਡਾਉਂਦੇ ਆ ਇਹੋ ਜਿਹੇ ਵੱਡੇ ਵਾਅਦੇ ਕਰਕੇ ਮਗਰੋਂ ਕੋਈ ਪੁੱਛਣਾ ਨਹੀਂ ਮੈਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿੱਥੇ ਉਹਨਾਂ ਦੀ ਦਰਦ ਹੈਗੀ ਆ ਉੱਥੇ ਦਵਾ ਬਣਨਾ ਚਾਹੀਦਾ ਕਰਜ਼ੇ ਮਨਜ਼ੂਰ ਵੀ ਕਰਨੇ ਚਾਹੀਦੇ ਆ ਤੇ ਇਹੋ ਜੀ ਪਾਲਿਸੀ ਵੀ ਹੋਣੀ ਚਾਹੀਦੀ ਹੈ ਕਿ ਗਾਂ ਤੋਂ ਕਰਜ਼ੇ ਦੁਬਾਰਾ ਨਾ ਚੜਨ ਉਹਨਾਂ ਲਈ ਰੋਜ਼ਗਾਰ ਚਾਹੀਦਾ ਉਹਨਾਂ ਲਈ ਉਹਦੇ ਲਈ ਕੋਆਪਰੇਟਿਵ ਚਾਹੀਦੇ ਆ ਉਹਨਾਂ ਲਈ ਮਾਰਕੀਟਿੰਗ ਜਿਹੜੀ ਆ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਪ੍ਰੈਕਟੀਕਲ ਚੀਜ਼ਾਂ ਨੂੰ ਸਮਝਿਆ ਜਾਵੇ ਉਸ ਤੋਂ ਬਾਅਦ ਰੋਡ ਮੈਪ ਦਿਖਾਇਆ ਜਾਵੇ ਬਲਦੋਸਰ ਸਾਹਿਬ ਮੈਂ ਛੋਟਾ ਜਿਹਾ ਬ੍ਰੇਕ ਕਰਜ਼ਾ ਮੁਕਤ ਤੁਸੀਂ ਕਹਿ ਰਹੇ ਹੋ ਕਿ ਇਹ ਪ੍ਰੈਕਟੀਕਲ ਜੋ ਚੀਜ਼ਾਂ ਹੈਗੀਆਂ ਇਹ ਵੱਡੇ ਵੱਡੇ ਦਾਅਵੇ ਨੇ ਤਾਂ ਕਿਸਾਨ ਜਿਹੜਾ ਕਰਜ਼ੇ ਦੀ ਮਾਰ ਦੇ ਹੇਠਾਂ ਹੁਣ ਦਬਿਆ ਹੋਇਆ ਹੈ ਕਰਜ਼ੇ ਹੇਠਾਂ ਦਬਿਆ ਹੋਇਆ ਹੈ ਅਕਾਲੀ ਦਲ ਦੇ ਕੋਲ ਕੋਈ ਰੋਡ ਮੈਪ ਕੀ ਹਾਂ ਕਦੋਂ ਤੱਕ ਬਾਹਰ ਆਏਗਾ ਚਾਹੇ ਤੁਸੀਂ ਕਹੋ ਕਿ ਸੈਂਟਰ ਗਵਰਨਮੈਂਟ ਦਾ ਉਸ ਦੇ ਵਿੱਚ ਜ਼ਿਆਦਾ ਹੱਥ ਹੈ ਜਾਂ ਕੋਈ ਵੀ ਰੀਜ਼ਨ ਦਿੱਤਾ ਜਾਵੇ ਕਿਉਂਕਿ 2018 ਤੱਕ ਆਮ ਆਦਮੀ ਪਾਰਟੀ ਕਹਿ ਰਹੀ ਹੈ ਉਹਨਾਂ ਕੋਲ ਕੀ ਰੋਡ ਮੈਪ ਹੈ ਮੈਨੂੰ ਨਹੀਂ ਪਤਾ ਪਰ ਮੈਂ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹਾਂਗਾ ਕਿ 2018 2020 ਤੱਕ ਲਗਾ ਕੇ ਚੱਲੀਏ ਕਿ ਹਾਂ ਬਹਾਰ ਆ ਸਕਦਾ ਕਰਜ਼ੇ ਤੋਂ ਕਿਸਾਨ ਇਹ ਗਰੂ ਜੀ ਮੈਨੇ ਪੁੱਛਿਆ ਜੀ ਜੀ ਬਿਲਕੁਲ ਬਟੋਲ ਸਾਹਿਬ ਆ ਗਰੂ ਜੀ ਜਿਤ ਤੱਕ ਕਿ ਕੋਈ ਦਰਾਮਾ ਨਹੀਂ ਜਿਹੜੀ ਕਿਸਾਨੀ ਆ ਸੰਕਟਤ ਹੈ ਕਿਸਾਨੀ ਦੀਆਂ ਸਮੱਸਿਆਵਾਂ ਨੇ ਔਰ ਕਰਜ਼ਾ ਵੀ ਇੱਕ ਬਹੁਤ ਵੱਡੀ ਸਮੱਸਿਆ ਆ ਇਹ ਚ ਕੋਈ ਦਰਾਮਾ ਨਹੀਂ ਜਿੱਡਾ ਵੱਡਾ ਕਰਜ਼ਾ ਆ ਇਹ ਜਿਹੜੀ ਪੰਜਾਬ ਸਟੇਟ ਹੈ ਇਕ ਸੂਬਾ ਉਹਦੇ ਵਸ ਦੀ ਗੱਲ ਨਹੀਂ ਕਿ ਉਹ ਬੈਂਕ ਦਾ ਕਰਜ਼ਾ ਸ਼ੌਕ ਕਰਾ ਕਰਜ਼ਾ ਜਿਹੜਾ ਆ ਆੜਤੀਆਂ ਦੇ ਕਰਜ਼ੇ ਆ ਉਹਨਾਂ ਨੂੰ ਯਕਮੁਸਤ ਜਾਂ ਜਿਹੜੀਆਂ ਹੋਰ ਦੇ ਕਈ ਤਰ੍ਹਾਂ ਦੇ ਕਰਜ਼ੇ ਜਿਹੜੇ ਨੇ ਉਹਨਾਂ ਨੂੰ ਮਾਫ਼ ਕਰ ਸਕੇ ਔਰ ਇਹ ਅਸੀਂ ਵਾਰ-ਵਾਰ ਮੰਗ ਕੀਤੀ ਹੈ ਕਿ ਪੰਜਾਬ ਦਾ ਕਿਸਾਨ ਜਿਹੜਾ ਜਿਹਨੇ ਦੇਸ਼ ਦੇ ਅਨਾਜ ਭੰਡਾਰ ਭਰੇ ਨੇ ਹਿੰਦੁਸਤਾਨ ਦੇ ਲੋਕਾਂ ਦੇ ਭੁੱਖੇ ਢਿੱਡ ਭਰੇ ਨੇ ਤੇ ਅੱਜ ਜੋ ਕਿਸਾਨੀ ਜਿਹੜੀ ਹੈ ਕਿਸੇ ਸੰਕਟ ਦੇ ਵਿੱਚ ਹੈ ਉਹਦੇ ਸੰਕਟ ਵਾਸਤੇ ਉਹਦੇ ਕਰਜ਼ੇ ਦੀ ਜਿਹੜੀ ਹੈਗਾ ਉਹਨੂੰ ਉਹਨੂੰ ਕਰਜ਼ੇ ਚੋਂ ਕੱਢਣ ਵਾਸਤੇ ਕੁਝ ਕਦਮ ਚੁੱਕਣੇ ਚਾਹੀਦੇ ਹਨ ਤੇ ਇਹ ਚ ਕੋਈ ਦਰਅਵਨੀ ਅਜੇ ਤੱਕ ਅਸੀਂ ਕਾਮਯਾਬ ਨਹੀਂ ਹੋਏ ਪਰ ਸਾਨੂੰ ਆਸ ਹੈ ਕਿ ਜੇ ਹਿੰਦੁਸਤਾਨ ਨੂੰ ਬਚਾਉਣਾ ਹੈ ਸਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਸਾਹਿਬ ਦੇ ਸਾਹਮਣੇ ਵੀ ਕਿਹਾ ਸੀ ਕਿ ਜੈ ਕਿਸਾਨ ਤੁਸਾਂ ਕੀਤੀ ਹੈ ਕਿਉਂਕਿ 1 ਰੈਂਕ 1 ਪੈਨਸ਼ਨ ਜਿਹੜੀ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਹੈਗਾ ਜੈ ਕਿਸਾਨ ਵੀ ਕਰਨਾ ਪਊ ਤੇ ਤਦ ਜਿਹੜਾ ਹਿੰਦੁਸਤਾਨ ਹੈ ਜਿਹੜਾ ਇਸ ਗੰਭੀਰ ਸਮੱਸਿਆ ਦੇ ਵਿੱਚ ਜਿਹੜੀ ਕਿਸਾਨੀ ਸਮੱਸਿਆ ਕਲੇ ਪੰਜਾਬ ਦੇ ਨਹੀਂ ਬਾਕੀ ਸੂਬਿਆਂ ਦੇ ਬਹੁਤ ਵੱਡੀ ਸਮੱਸਿਆ ਹੈ ਬਹੁਤ ਵੱਡੀ ਸਮੱਸਿਆ ਹੈ ਪਰ ਕਿਉਂਕਿ ਪੰਜਾਬ ਦੇ ਕਿਸਾਨ ਨੂੰ ਪਰਫੁੱਲਤ ਰੱਖਣ ਵਾਸਤੇ ਉਹਨੂੰ ਤਸ਼ਾਹ ਦੇ ਵਿੱਚ ਰੱਖਣ ਵਾਸਤੇ ਉਹਨੂੰ ਖੁਸ਼ਹਾਲ ਰੱਖਣ ਵਾਸਤੇ ਇਹ ਸੈਂਟਰ ਦੀਆਂ ਸਰਕਾਰਾਂ ਨੂੰ ਕਰਨਾ ਪਊ ਕੇਂਦਰੀ ਸਰਕਾਰਾਂ ਨੂੰ ਕਰਨਾ ਪਊਗਾ ਔਰ ਕਰਨਾ ਵਾਚ ਪਊਗਾ ਸਾਡਾ ਅਸੀਂ ਉਸ ਪਾਸੇ ਲੱਗੇ ਹੋਏ ਹਾਂ ਸਾਨੂੰ ਆਸ ਵੀ ਹੈ ਕਿ ਕਿਸੇ ਨਾ ਕਿਸੇ ਰੂਪ ਜਿਹੜੀ ਇਹ ਮੌਜੂਦਾ ਸਰਕਾਰ ਹੈ ਕਿਸਾਨ ਨੂੰ ਇਸ ਝੰਜੜ ਚੋਂ ਕੱਢਣ ਵਾਸਤੇ ਕੋਈ ਕਦਮ ਚੁਕੇਗੀ ਚਲੋ ਠੀਕ ਹੈ ਕਦੋਂ ਕਦਮ ਚੁਕੇਗੀ ਕਿੰਨੀ ਦੇਰ ਦੇ ਵਿੱਚ ਕਿਸਾਨ ਇਸ ਜਿਹੜਾ ਕਰਜ਼ੇ ਦੇ ਮਾਰ ਹੇਟ ਦਬਿਆ ਹੋਇਆ ਕਰਜ਼ੇ ਦੇ ਬੋਝ ਹੇਟ ਦਬਿਆ ਹੋ ਉਸ ਤੋਂ ਕਿਵੇਂ ਬਾਹਰ ਨਿਕਲੇਗਾ ਕਦੋਂ ਬਾਹਰ ਨਿਕਲੇਗਾ ਇੱਕ ਸਵਾਲ ਬਣਿਆ ਹੋਇਆ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਨੇ ਆਸੀ ਬ੍ਰੇਕ ਦਾ ਸਮਾਂ ਹੋ ਚੱਲਿਆ ਬ੍ਰੇਕ ਤੇ ਜਾਣ ਤੋਂ ਪਹਿਲਾਂ ਦਰਸ਼ਕਾਂ ਤੋਂ ਜੋ ਸਵਾਲ ਹੈ ਉਸ ਨੂੰ ਦੁਹਰਾ ਦਈਏ ਸਵਾਲ ਅਸੀਂ ਪੁੱਛ ਰਹੇ ਹਾਂ ਕਿ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਮੈਨੀਫੈਸਟੋ ਦੇ ਨਾਲ ਨਿਕਲ ਸਕੇਗਾ ਤੁਹਾਨੂੰ ਕੀ ਲੱਗਦਾ ਹੈ ਆਪਣੀ ਰਾਏ ਦੋ ਸਾਨੂੰ ਯੈਸ ਦੇ ਲਈ ਟਾਈਪ ਕਰੋ ਜ਼ਪੀ ਐਚ ਐਚ ਸਪੇਸ ਦੇ ਕੇ ਬਾਈ ਤੇ ਨੋ ਦੇ ਲਈ ਟਾਈਪ ਕਰੋ ਜ਼ਪੀ ਐਚ ਐਚ ਸਪੇਸ ਦੇ ਕੇ ਐਨ ਤੇ ਇਸ ਨੂੰ ਭੇਜ ਦਿਓ 57575 ਉੱਤੇ ਤੇ ਕਾਲ ਵੀ ਕਰ ਸਕਦੇ ਹੋ ਸਾਨੂੰ ਹਰ ਰੋਜ਼ ਦੀ ਤਰ੍ਹਾਂ 18001803535